ਪੰਜਾਬੀ ਨੌਜਵਾਨ ਸ਼ੇਰ ਸਿੰਘ ਮਾਣਕ ਢੇਰੀ 'ਤੇ ਲੱਗੇ ਸ਼ੋਸ਼ਣ ਦੇ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਅਦਾਲਤ ਵੱਲੋਂ ਪੰਜਾਬੀ ਨੌਜਵਾਨ ਦੇ ਹੱਕ 'ਚ ਵੱਡਾ ਫੈਸਲਾ ਸੁਣਾਉਂਦਿਆਂ ਜੂਨੀਅਰ ਨੂੰ $25,000 ਦਾ ਜੁਰਮਾਨਾ ਕੀਤਾ ਗਿਆ ਹੈ। ਦੱਸ ਦਈਏ ਕਿ ਸਾਲ 2018 ਦੇ ਵਿੱਚ ਸ਼ੇਰ ਸਿੰਘ ਮਾਣਕ ਢੇਰੀ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਇੱਕ ਲੜਕੀ ਦੇ ਨਾਲ ਹੋਈ ਸੀ, ਜਿਸ ਨੇ ਸ਼ੇਰ ਸਿੰਘ ਉੱਤੇ ਸ਼ੋਸ਼ਣ ਦੇ ਝੂਠੇ ਦੋਸ਼ ਲਗਾਏ ਸਨ। ਇੰਪਲੋਇਮੈਂਟ ਰਿਲੇਸ਼ਨ ਵੱਲੋਂ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਸ਼ੇਰ ਸਿੰਘ ਦੇ ਹੱਕ 'ਚ ਫੈਸਲਾ ਸੁਣਾਇਆ ਜਾ ਚੁੱਕਿਆ ਹੈ, ਜਿਸ ਤੋਂ ਬਾਅਦ ਹਾਰੀ ਹੋਈ ਧਿਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਦਿਆਂ ਜੂਨੀਅਰ ਨੂੰ $25,000 ਮੁਆਵਜ਼ਾ ਦੇਣ ਦੇ ਹੁਕਮ ਸੁਣਾਏ ਨੇ। ਦੱਸ ਦਈਏ ਕਿ ਸ਼ੇਰ ਸਿੰਘ ਮਾਣਕ ਢੇਰੀ ਨਿਊਜ਼ੀਲੈਂਡ 'ਚ ਧੱਕੇ ਦਾ ਸ਼ਿਕਾਰ ਹੋਏ ਸਟੂਡੈਂਟਾਂ ਅਤੇ ਵਰਕ ਵੀਜ਼ੇ 'ਤੇ ਆਏ ਨੌਜਵਾਨਾਂ ਦੇ ਹੱਕ ਦੇ ਵਿੱਚ ਖੜਦੇ ਰਹੇ ਨੇ। ਸ਼ੇਰ ਸਿੰਘ ਮਾਣਕ ਢੇਰੀ ਨੇ ਇਸ ਫੈਸਲੇ ਲਈ ਅਦਾਲਤ ਦਾ ਧੰਨਵਾਦ ਵੀ ਕਰਦਿਆਂ ਇਸ ਨੂੰ ਸੱਚ ਦੀ ਜਿੱਤ ਦੱਸਿਆ ਹੈ। ਪੰਜਾਬੀ ਨੌਜਵਾਨ ਸ਼ੇਰ ਸਿੰਘ ਮਾਣਕ ਢੇਰੀ 'ਤੇ ਲੱਗੇ ਸ਼ੋਸ਼ਣ ਦੇ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਅਦਾਲਤ ਵੱਲੋਂ ਪੰਜਾਬੀ ਨੌਜਵਾਨ ਦੇ ਹੱਕ 'ਚ ਵੱਡਾ ਫੈਸਲਾ ਸੁਣਾਉਂਦਿਆਂ ਜੂਨੀਅਰ ਨੂੰ $25,000 ਦਾ ਜੁਰਮਾਨਾ ਕੀਤਾ ਗਿਆ ਹੈ। ਦੱਸ ਦਈਏ ਕਿ ਸਾਲ 2018 ਦੇ ਵਿੱਚ ਸ਼ੇਰ ਸਿੰਘ ਮਾਣਕ ਢੇਰੀ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਇੱਕ ਲੜਕੀ ਦੇ ਨਾਲ ਹੋਈ ਸੀ, ਜਿਸ ਨੇ ਸ਼ੇਰ ਸਿੰਘ ਉੱਤੇ ਸ਼ੋਸ਼ਣ ਦੇ ਝੂਠੇ ਦੋਸ਼ ਲਗਾਏ ਸਨ। ਇੰਪਲੋਇਮੈਂਟ ਰਿਲੇਸ਼ਨ ਵੱਲੋਂ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਸ਼ੇਰ ਸਿੰਘ ਦੇ ਹੱਕ 'ਚ ਫੈਸਲਾ ਸੁਣਾਇਆ ਜਾ ਚੁੱਕਿਆ ਹੈ, ਜਿਸ ਤੋਂ ਬਾਅਦ ਹਾਰੀ ਹੋਈ ਧਿਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਦਿਆਂ ਜੂਨੀਅਰ ਨੂੰ $25,000 ਮੁਆਵਜ਼ਾ ਦੇਣ ਦੇ ਹੁਕਮ ਸੁਣਾਏ ਨੇ। ਦੱਸ ਦਈਏ ਕਿ ਸ਼ੇਰ ਸਿੰਘ ਮਾਣਕ ਢੇਰੀ ਨਿਊਜ਼ੀਲੈਂਡ 'ਚ ਧੱਕੇ ਦਾ ਸ਼ਿਕਾਰ ਹੋਏ ਸਟੂਡੈਂਟਾਂ ਅਤੇ ਵਰਕ ਵੀਜ਼ੇ 'ਤੇ ਆਏ ਨੌਜਵਾਨਾਂ ਦੇ ਹੱਕ ਦੇ ਵਿੱਚ ਖੜਦੇ ਰਹੇ ਨੇ। ਸ਼ੇਰ ਸਿੰਘ ਮਾਣਕ ਢੇਰੀ ਨੇ ਇਸ ਫੈਸਲੇ ਲਈ ਅਦਾਲਤ ਦਾ ਧੰਨਵਾਦ ਵੀ ਕਰਦਿਆਂ ਇਸ ਨੂੰ ਸੱਚ ਦੀ ਜਿੱਤ ਦੱਸਿਆ ਹੈ। ਪੰਜਾਬੀ ਨੌਜਵਾਨ ਸ਼ੇਰ ਸਿੰਘ ਮਾਣਕ ਢੇਰੀ 'ਤੇ ਲੱਗੇ ਸ਼ੋਸ਼ਣ ਦੇ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਅਦਾਲਤ ਵੱਲੋਂ ਪੰਜਾਬੀ ਨੌਜਵਾਨ ਦੇ ਹੱਕ 'ਚ ਵੱਡਾ ਫੈਸਲਾ ਸੁਣਾਉਂਦਿਆਂ ਜੂਨੀਅਰ ਨੂੰ $25,000 ਦਾ ਜੁਰਮਾਨਾ ਕੀਤਾ ਗਿਆ ਹੈ। ਦੱਸ ਦਈਏ ਕਿ ਸਾਲ 2018 ਦੇ ਵਿੱਚ ਸ਼ੇਰ ਸਿੰਘ ਮਾਣਕ ਢੇਰੀ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਇੱਕ ਲੜਕੀ ਦੇ ਨਾਲ ਹੋਈ ਸੀ, ਜਿਸ ਨੇ ਸ਼ੇਰ ਸਿੰਘ ਉੱਤੇ ਸ਼ੋਸ਼ਣ ਦੇ ਝੂਠੇ ਦੋਸ਼ ਲਗਾਏ ਸਨ। ਇੰਪਲੋਇਮੈਂਟ ਰਿਲੇਸ਼ਨ ਵੱਲੋਂ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਸ਼ੇਰ ਸਿੰਘ ਦੇ ਹੱਕ 'ਚ ਫੈਸਲਾ ਸੁਣਾਇਆ ਜਾ ਚੁੱਕਿਆ ਹੈ, ਜਿਸ ਤੋਂ ਬਾਅਦ ਹਾਰੀ ਹੋਈ ਧਿਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਦਿਆਂ ਜੂਨੀਅਰ ਨੂੰ $25,000 ਮੁਆਵਜ਼ਾ ਦੇਣ ਦੇ ਹੁਕਮ ਸੁਣਾਏ ਨੇ। ਦੱਸ ਦਈਏ ਕਿ ਸ਼ੇਰ ਸਿੰਘ ਮਾਣਕ ਢੇਰੀ ਨਿਊਜ਼ੀਲੈਂਡ 'ਚ ਧੱਕੇ ਦਾ ਸ਼ਿਕਾਰ ਹੋਏ ਸਟੂਡੈਂਟਾਂ ਅਤੇ ਵਰਕ ਵੀਜ਼ੇ 'ਤੇ ਆਏ ਨੌਜਵਾਨਾਂ ਦੇ ਹੱਕ ਦੇ ਵਿੱਚ ਖੜਦੇ ਰਹੇ ਨੇ। ਸ਼ੇਰ ਸਿੰਘ ਮਾਣਕ ਢੇਰੀ ਨੇ ਇਸ ਫੈਸਲੇ ਲਈ ਅਦਾਲਤ ਦਾ ਧੰਨਵਾਦ ਵੀ ਕਰਦਿਆਂ ਇਸ ਨੂੰ ਸੱਚ ਦੀ ਜਿੱਤ ਦੱਸਿਆ ਹੈ।